ਸੋ ਆਸਟ੍ਰੇਲੀਆ ਦੇ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਆ ਪਰ ਬਹੁਤ ਸਾਰੇ ਸਵਾਲ ਸਾਡੇ ਕੋਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਵੀ ਨੇ ਕਿ ਕੌਣ ਅਪਲਾਈ ਕਰ ਸਕਦਾ ਹੈ ਐਲੀਜੀਬਲ ਕੌਣ ਹੈ ਕੀ ਫੰਡਸ ਦੀ ਰਿਕੁਆਇਰਮੈਂਟ ਰਹੇਗੀ ਫੀਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਿਕੁਆਇਰਮੈਂਟਸ ਨੇ ਪੇਰੈਂਟਸ ਦੇ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਸਾਰੇ ਸਵਾਲ ਹੁੰਦੇ ਨੇ ਸੋ ਅੱਜ ਇੱਕ ਇੱਕ ਸਵਾਲ ਦਾ ਜਵਾਬ ਮਿਲਣ ਜਾ ਰਿਹਾ ਜੀ ਤੁਹਾਨੂੰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਅਤੇ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਜ਼ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਮੈਮ ਸੋ ਆਪਾਂ ਹਮੇਸ਼ਾ ਵੇਖਦੇ ਹਾਂ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਨੂੰ ਲੈ ਕੇ ਸਵਾਲ ਰਹਿੰਦੇ ਨੇ ਪਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਵੀ ਸਵਾਲ ਬਹੁਤ ਜ਼ਿਆਦਾ ਹੁੰਦੇ ਪਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿੰਨਾ ਕੁ ਖਾਸ ਹੁੰਦਾ ਇਸ ਦਾ ਪ੍ਰੋਸੈਸ ਕਿੰਨਾ ਕੁ ਔਖਾ ਹੁੰਦਾ ਅਤੇ ਇੱਕ ਮਾਹਿਰ ਕੰਸਲਟੈਂਟ ਦੀ ਚੋਣ ਕਰਨੀ ਸਪੈਸ਼ਲੀ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਜਦੋਂ ਗੱਲ ਕਰਦੇ ਹਾਂ ਕਿਉਂ ਜ਼ਰੂਰੀ ਹੈ ਹਰਜੋ ਜੀ ਇਟਸ ਨੋਟ ਈਜ਼ੀ ਟੂ ਟੇਕ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਰਾਈਟ ਜੀ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਲੈਣਾ ਇਜ਼ ਨੋਟ ਈਜ਼ੀ ਮਤਲਬ ਅਸੌਖਾ ਨਹੀਂ ਹੈ ਕਿਉਂਕਿ ਇੱਕ ਬੱਚਾ ਸਕੂਲ 'ਚ ਜਾ ਰਿਹਾ ਸਕੂਲ ਮੀਨਸ ਕਿ ਉਹਦੀ ਬਹੁਤ ਸਾਰੀ ਲਾਈਫ ਹੈ ਪਲੱਸ ਟੂ ਤੱਕ ਮੰਨ ਲਓ ਬੱਚਾ ਸਿਕਸਥ ਵਿੱਚ ਪੜ੍ਹ ਰਿਹਾ ਅਤੇ 6 ਸਾਲ ਹੈ ਹਜੇ ਰਾਈਟ ਐਂਡ ਇੱਦਾਂ ਹੀ ਤੁਸੀਂ ਇਹ ਮੰਨ ਲਓ ਕਿ ਫਾਈਨੈਂਸ਼ੀਅਲੀ ਵੀ ਸਟਰੋਂਗ ਹੋਣਾ ਚਾਹੀਦਾ ਇਨਕਮ ਵੀ ਸਟਰੋਂਗ ਹੋਣੀ ਚਾਹੀਦੀ ਹੈ ਜਾਂ ਸਾਡੇ ਕੋਈ ਐਡ ਦੇਖਦੇ ਆ ਇਹਦੀ ਅਤੇ ਫੋਨ ਆਉਂਦੇ ਆ ਕਿ ਮੇਰਾ ਬੱਚਾ ਨਰਸਰੀ ਵਿੱਚ ਹੈ ਪਲੀਜ਼ ਇੱਦਾਂ ਦੇ ਕਾਲ ਨਾ ਕਰੋ ਨਰਸਰੀ ਵਾਲੇ ਬੱਚੇ ਦੀ ਹਜੇ ਬਹੁਤ ਲਾਈਫ ਹੈ ਅਤੇ ਤੁਸੀਂ ਜੇ ਆਪਾਂ ਕੰਸੀਡਰ ਕਰਾਂਗੇ ਫਿਫਥ ਆਨਵਰਡ ਮੈਂ ਥੋੜ੍ਹਾ ਇਹਨੂੰ ਧਿਆਨ ਦਿੰਦੀ ਹਾਂ ਜੀ ਫਿਫਥ ਤੋਂ ਲੈ ਕੇ ਟੈਂਥ ਤੱਕ ਜਾਂ ਪਲੱਸ 1 ਪਲੱਸ 2 ਵੀ ਅਸੀਂ ਲੈ ਸਕਦੇ ਹਾਂ ਬਟ ਫਿਫਥ ਆਨਵਰਡ ਹੁਣ ਪ੍ਰੋਬਲਮ ਕੀ ਹੁੰਦੀ ਹੈ ਸਕੂਲਿੰਗ ਵੀਜ਼ਾ ਦੀ ਕਿ ਕੰਸਲਟੈਂਟ ਅਥੋਰਾਈਜ਼ ਨਹੀਂ ਹੈ ਸਕੂਲਿੰਗ ਵੀਜ਼ਾ ਵਾਸਤੇ ਜੀ ਜਿਹੜਾ ਮੈਂ ਵਿਕਟੋਰੀਅਨ ਗੌਰਮੈਂਟ ਤੋਂ ਮੀਨਸ ਸਾਡੀ ਕੰਪਨੀ ਵਿਕਟੋਰੀਅਨ ਗੌਰਮੈਂਟ ਤੋਂ ਅਥੋਰਾਈਜ਼ ਹੈ ਇਸ ਕਰਕੇ ਤੁਹਾਨੂੰ ਬਹੁਤ ਲੋਕ ਸਕੂਲਿੰਗ ਵੀਜ਼ਾ ਕਰਦੇ ਨਹੀਂ ਮਿਲਦੇ ਔਰ ਸਕੂਲਿੰਗ ਵੀਜ਼ਾ ਜਿਹੜਾ ਇੱਕ ਟੈਕਨੀਕਲ ਚੀਜ਼ ਹੈ ਜਿਹੜਾ ਇਹਨੂੰ ਕਰ ਗਿਆ ਉਹਨੂੰ ਸਾਰੀ ਫਾਈਲ ਦੀ ਸਮਝ ਹੁੰਦੀ ਆ ਜੀ ਹੁਣ ਉਹਦੇ ਵਿੱਚ ਕੀ ਹੈ ਇੱਕ ਡਿਪੈਂਡੈਂਟ ਅਸੀਂ ਇਹ ਨਹੀਂ ਕਹਿੰਦੇ ਮਦਰ ਫਾਦਰ ਦੋਨੋਂ ਇੱਕ ਡਿਪੈਂਡੈਂਟ ਔਰ ਮੈਂ ਜ਼ਿਆਦਾਤਰ ਪ੍ਰੈਫਰ ਕਰਦੀ ਹਾਂ ਮਦਰ ਨੂੰ ਜੀ ਕਿਉਂਕਿ ਫਾਦਰ ਅਰਨਿੰਗ ਹੈ ਉਹ ਬੱਚੇ ਨੂੰ ਪੈਸਾ ਭੇਜ ਰਿਹਾ ਉੱਥੇ ਪੜ੍ਹਨ ਵਾਸਤੇ ਰਾਈਟ ਔਰ ਮਦਰ ਉਹਦੀ ਦੇਖਭਾਲ ਸੋਰੀ ਕੇਅਰਿੰਗ ਵਾਸਤੇ ਦੇਖਭਾਲ ਵਾਸਤੇ ਜਾ ਰਹੀ ਹੈ ਉਹਦੇ ਨਾਲ ਇੱਦਾਂ ਦਾ ਕੇਸ ਅਸੀਂ ਲੈਂਦੇ ਹਾਂ ਸਕੂਲਿੰਗ ਵੀਜ਼ਾ ਦੇ ਵਿੱਚ ਬੱਚੇ ਦੀ ਜਿਹੜੀ ਹੈ ਆਇਲਸ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਹੈ ਵਿਦਆਊਟ ਆਇਲਸ ਵੀ ਜਾ ਸਕਦੇ ਕਿਉਂਕਿ ਬੱਚਾ ਜਿਹੜਾ ਬਾਹਰ ਜਾ ਰਿਹਾ ਜ਼ਿਆਦਾਤਰ ਬੱਚੇ ਉਹ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹ ਰਹੇ ਆ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਨ ਨਾਲ ਜਿਹੜੀ ਹੈ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦੀ ਇੱਕ ਲੈਟਰ ਸਾਨੂੰ ਮਿਲਦੀ ਹੈ ਸਕੂਲ ਦੀ ਤਰਫ ਤੋਂ ਪਿਛਲੇ 3 ਸਾਲ ਦਾ ਬੱਚੇ ਦਾ ਰਿਕਾਰਡ ਲੈਂਦੇ ਹਾਂ ਉਹਦੇ ਬੇਸ 'ਤੇ ਐਡਮਿਸ਼ਨ ਹੁੰਦੀ ਹੈ ਫਾਈਨੈਂਸ਼ੀਅਲ ਡਾਕੂਮੈਂਟਸ ਆਉਣਗੇ ਔਰ ਉਹਦੇ ਬਾਅਦ ਜੇ ਉਹਨਾਂ ਦਾ ਕੋਈ ਰੈਲੇਟਿਵ ਉੱਥੇ ਰਹਿ ਰਿਹਾ ਉਹ ਸਪੋਂਸਰਸ਼ਿਪ ਦੇ ਸਕਦਾ ਜੀ ਰਾਈਟ ਐਂਡ ਉਹਨਾਂ ਦੀ ਇਨਕਮ 'ਚ ਆਏਗੀ ਉਹ ਸਾਰਾ ਦੇਖ ਕੇ ਫਿਰ ਸਕੂਲਿੰਗ ਵੀਜ਼ਾ ਜਿਹੜਾ ਪ੍ਰੋਸੈਸ ਹੁੰਦਾ ਹੈ ਬੱਚੇ ਦੀ ਫੀਸ ਸਰਕਾਰੀ ਸਕੂਲ ਹੈ ਬਹੁਤ ਜ਼ਿਆਦਾ ਨਹੀਂ ਹੁੰਦੀ ਹੈ ਪਰ ਡਿਪੈਂਡ ਕਰਦਾ ਕਿਹੜੀ ਕਲਾਸ 'ਚ ਹੈ ਅਤੇ 10-12 ਹਜ਼ਾਰ ਤੋਂ ਸ਼ੁਰੂ ਹੋ ਕੇ $15,000-$17,000 ਤੱਕ ਸਾਲ ਦੀ ਜਾਂਦੀ ਹੈ ਜ਼ਿਆਦਾਤਰ ਪੇਰੈਂਟਸ ਦਾ ਇਹ ਹੁੰਦਾ ਕਿ ਅਸੀਂ ਇਹਦੇ ਨਾਲ ਬੱਚੇ ਨਾਲ ਚਲੇ ਜਾਈਏ ਜੇ ਨਰਸਰੀ ਦੇ ਬੱਚੇ ਦਾ ਉਹ ਕਰ ਰਹੇ ਆ ਦੈਟ ਮੀਨਸ ਉਹ ਕਹਿੰਦੇ ਕਿ ਅਸੀਂ ਪਹੁੰਚ ਜਾਈਏ ਤੁਸੀਂ ਬੱਚੇ ਦਾ ਟਾਰਗੇਟ ਰੱਖੋ ਬੱਚੇ ਦੇ ਨਾਲ ਜਿਹੜਾ ਇੱਕ ਪੇਰੈਂਟ ਨਾਲ ਜਾ ਸਕਦਾ ਕਿਉਂਕਿ ਉਹ ਕੇਅਰਿੰਗ ਵਾਸਤੇ ਅਦਰਵਾਈਜ਼ ਜਿਹੜਾ ਉੱਥੇ ਲੋਕਲ ਰੈਲੇਟਿਵ ਹੈ ਉਹਦੀ ਸਾਨੂੰ ਸਪੋਂਸਰਸ਼ਿਪ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਮੇਨ ਪਾਰਟ ਹੈ ਉੱਥੇ ਰੈਲੇਟਿਵ ਦਾ ਉਹ ਹੈ PCC ਉਹਨਾਂ ਦੀ ਕਲੀਅਰ ਹੋਣੀ ਚਾਹੀਦੀ PCC ਭੇਜਣੀ ਪੈਂਦੀ ਆ ਜੀ ਜੀ ਬਿਲਕੁਲ ਅਤੇ ਮੈਂ ਜਿਵੇਂ ਆਪਾਂ ਇੱਥੇ ਗੱਲ ਤੁਸੀਂ ਕਾਫੀ ਚੀਜ਼ਾਂ ਦੀ ਕਲੈਰਿਟੀ ਦਿੱਤੀ ਹੈ ਪਰ ਇਸਦੇ ਆਪਾਂ ਪ੍ਰੋਸੈਸ ਨੂੰ ਅਗਰ ਦੇਖੀਏ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿੰਨੇ ਟਾਈਮ ਦਾ ਆਪਾਂ ਇਹਨੂੰ ਪ੍ਰੋਸੈਸ ਮੰਨਦੇ ਹਾਂ ਅਤੇ ਆਪਾਂ ਡਾਕੂਮੈਂਟਸ ਕਿਹੜੇ ਡਾਕੂਮੈਂਟਸ ਬਹੁਤ ਜ਼ਰੂਰੀ ਰਹਿੰਦੇ ਨੇ ਜਿਹੜੇ ਪੇਰੈਂਟਸ ਨੂੰ ਰੈਡੀ ਰੱਖਣੇ ਚਾਹੀਦੇ ਨੇ ਦੇਖੋ ਮੈਂ ਸ਼ਾਇਦ ਸ਼ੁਰੂ 'ਚ ਹੀ ਦੱਸਦਾ ਕਿ ਪਿਛਲੇ 3 ਸਾਲ ਦੀ ਮਾਰਕਸ਼ੀਟ ਜੀ ਬਰਥ ਸਰਟੀਫਿਕੇਟ ਬੱਚੇ ਦਾ ਇਹ ਬਹੁਤ ਕੰਪਲਸਰੀ ਹੈ ਐਡਮਿਸ਼ਨ ਵਾਸਤੇ ਜੀ ਕਿਉਂਕਿ ਅਸੀਂ ਵਿਕਟੋਰੀਆ ਗਵਰਨਮੈਂਟ ਤੋਂ ਅਥੋਰਾਈਜ਼ ਹਾਂ ਦੈਟ ਮੀਨਸ ਸਾਡੇ ਕੋਲ ਜਿਹੜੇ ਵਿਕਟੋਰੀਆ ਦੇ ਅੰਡਰ ਮੈਲਬਰਨ ਦੇ ਅੰਡਰ ਜਿੰਨੇ ਸਰਕਾਰੀ ਸਕੂਲ ਹੈ ਉਹ ਸਾਰਿਆਂ 'ਚ ਅਸੀਂ ਐਡਮਿਸ਼ਨ ਦਵਾ ਸਕਦੇ ਹਾਂ ਪ੍ਰਾਈਵੇਟ ਸਕੂਲਸ ਬਹੁਤ ਐਕਸਪੈਂਸਿਵ ਹੁੰਦੇ ਆ ਬਟ ਇਹ ਕਾਫੀ ਕੰਫਰਟੇਬਲ ਹੁੰਦੇ ਆ ਹੁਣ ਤੁਸੀਂ ਜਦ ਅਸੀਂ ਔਫਰ ਲੈਟਰ ਅਪਲਾਈ ਕਰਤੀ ਔਫਰ ਲੈਟਰ ਆਉਣ 'ਚ ਨੀਅਰੈਸਟ ਸਕੂਲ ਜਿਹੜੇ ਪੇਰੈਂਟਸ ਦੇ ਨੈਚੁਰਲ ਉਹਨਾਂ ਦਾ ਕੋਈ ਰੈਲੇਟਿਵ ਉੱਥੇ ਤਾਂ ਹੀ ਇਹ ਜਾਣਾ ਚਾਹ ਰਹੇ ਆ ਅਤੇ ਇਹਨਾਂ ਦੀ ਆਪਣੀ ਇੱਕ ਚੋਇਸ ਹੁੰਦੀ ਹੈ ਕਿ ਮੈਂ ਉਸ ਏਰੀਆ ਦੇ ਵਿੱਚ ਜਾਣਾ ਪਰਟੀਕੁਲਰ ਏਰੀਆ ਦਾ
और ਅਸੀਂ ਵੀ ਪ੍ਰੈਫਰ ਕਰਦੇ ਹਾਂ ਜਿੱਥੇ ਤੁਹਾਡੇ ਰਿਲੇਟਿਵ ਹੈ ਕਿਉਂਕਿ ਬੱਚਾ ਬਹੁਤ ਛੋਟਾ ਹੈ ਅਜੇ ਜੀ ਜੀ ਤੇ ਜੇ ਮਦਰ ਵੀ ਜਾ ਰਹੀ ਹੈ ਫਿਰ ਵੀ ਇਹਨਾਂ ਨੂੰ ਨੇੜੇ ਜਾਣਾ ਚਾਹੀਦਾ ਹੈ ਜਿੱਧਰ ਉਹ ਰਹਿ ਰਹੇ ਆ ਨਹੀਂ ਰਹਿ ਰਹੇ ਫਿਰ ਅਸੀਂ ਸਿਟੀ ਦਾ ਪ੍ਰੈਫਰ ਕਰਦੇ ਹਾਂ ਜਿੱਥੇ ਤੁਹਾਨੂੰ ਹਰ ਚੀਜ਼ ਅਵੇਲੇਬਲ ਹੈ ਸਿਟੀ ਦੇ ਵਿੱਚ ਤੁਸੀਂ ਉਧਰ ਨੇੜੇ ਦੇਖ ਲਓ ਹੁਣ ਤੁਹਾਡੇ ਜਦ ਅਸੀਂ ਅਪਲਾਈ ਕਰਤਾ ਆਫਰ ਲੈਟਰ ਆਏਗੀ ਆਫਰ ਲੈਟਰ ਆਉਣ ਦੇ ਬਾਅਦ ਤੁਹਾਡਾ ਜਿਹੜਾ ਉਹੀ ਹੈ ਵੀਜ਼ਾ ਫਾਈਲਿੰਗ ਦਾ ਉਸ ਤੋਂ ਪਹਿਲੇ ਤੁਸੀਂ ਫੀਸ ਪੇ ਕਰਨੀ ਹੈ ਸਕੂਲ ਨੂੰ ਫੀਸ ਪੇ ਕਰਨ ਦੇ ਬਾਅਦ ਵੀਜ਼ਾ ਫਾਈਲਿੰਗ ਦਾ ਉਹੀ ਹੈ ਕਿ 20 ਡੇਜ਼ ਤੋਂ ਲੈ ਕੇ 1 ਮੰਥ 1.5 ਮੰਥ ਤੱਕ ਦਾ ਡਿਸੀਜ਼ਨ ਟਾਈਮ ਹੁੰਦਾ ਐਮਬੈਸੀ ਦਾ ਜੀ ਅਤੇ ਇਹ ਟਾਈਮ ਤਾਂ ਲੱਗਣਾ ਹੀ ਲੱਗਣਾ ਕਿਉਂਕਿ ਉਹ ਕੋਈ ਵੀ ਵੀਜ਼ਾ ਪ੍ਰੋਸੈਸ ਕਰਾਂਗੇ ਓਬਵੀਅਸਲੀ ਉਹ ਟਾਈਮ ਲੱਗਣਾ ਹੀ ਲੱਗਣਾ ਬਟ ਬਹੁਤ ਸਾਰੇ ਅਸੀਂ ਸਕੂਲਿੰਗ ਵੀਜ਼ਾ ਕਰਾ ਚੁੱਕੇ ਹਾਂ ਬਹੁਤ ਛੋਟੇ ਬੱਚਿਆਂ ਦਾ ਕਰਾ ਚੁੱਕੇ ਹਾਂ ਲੇਟੈਸਟ ਹੁਣੇ ਅਜੇ ਇੱਕ ਵੀਜ਼ਾ ਅਪਰੂਵਲ ਤੇ ਚੱਲ ਰਿਹਾ ਮੇਰੇ ਖਿਆਲ ਅੱਜ ਕੱਲ੍ਹ ਜਾਣ ਵਾਲਾ ਜੀ ਇਸ ਤੋਂ ਪਹਿਲੇ ਹੁਣੇ ਕਰਨਾਲ ਤੋਂ ਇੱਕ ਬੱਚੇ ਦਾ ਆਇਆ ਇੱਦਾਂ ਬਹੁਤ ਸਾਰੀ ਫਾਈਲਾਂ ਲੱਗੀ ਰਹਿੰਦੀਆਂ ਔਰ ਜਿਹੜਾ ਇਮੀਡੀਏਟ ਸਾਨੂੰ ਬਾਈ ਚਾਂਸ ਹਮ ਵੈਸੇ ਕੁਛ ਮੰਗੇ ਤਾਂ ਵੀ ਹੈਵ ਟੂ ਗਿਵ ਦੈਮ ਮੰਗੇ ਕੀ ਹੁੰਦਾ ਕਿ ਮੰਨ ਲਓ ਕਿਸੇ ਦੀ ਇਹਨਾਂ ਦੇ PCC ਰਿਲੇਟਿਵ ਦੀ ਨਹੀਂ ਗਈ ਜੇ ਰਿਲੇਟਿਵ ਨੇ ਸਪੋਂਸਰ ਕੀਤਾ ਜੇ ਮਦਰ ਜਾ ਰਹੀ ਹੈ ਦੈਨ ਵੀ ਡੋਂਟ ਨੀਡ PCC ਆਰ ਐਨੀਥਿੰਗ ਜੀ ਬਿਲਕੁਲ ਸੋ ਵਿਕਟੋਰੀਅਨ ਗਵਰਨਮੈਂਟ ਤੋਂ ਆਥੋਰਾਈਜ਼ਡ ਕੰਪਨੀ ਹੈ ਤੇ ਤੁਸੀਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਲਈ ਪੂਰੇ ਭਰੋਸੇ ਦੇ ਨਾਲ ਨੈਵੀਗੇਟਰ ਓਵਰਸੀਜ਼ ਸੋ ਪੂਰਾ ਪ੍ਰੋਸੈਸ ਸਮਝਦੇ ਹੋਏ ਅੱਗੇ ਜ਼ਰੂਰ ਵੱਧ ਸਕਦੇ ਹੋ ਕੋਈ ਹਲੇ ਵੀ ਡਾਊਟ ਹੋਵੇ ਤਾਂ ਇਸ ਨੰਬਰ ਤੇ ਕਾਲ ਜ਼ਰੂਰ ਕਰ ਸਕਦੇ ਹੋ ਆਫਿਸ ਵੀ ਇਹਨਾਂ ਦੇ ਵਿਜ਼ਿਟ ਕਰ ਸਕਦੇ ਹੋ ਡਾਕੂਮੈਂਟਸ ਲੈ ਕੇ ਆਓ ਅਸੈਸਮੈਂਟ ਕਰਵਾਓ ਸਹੀ ਢੰਗ ਨਾਲ ਤਾਂ ਕਿ ਤੁਹਾਨੂੰ ਸਾਰੀਆਂ ਆਪਸ਼ਨ ਦਾ ਜ਼ਰੂਰ ਪਤਾ ਚੱਲ ਸਕੇ ਮੈਮ ਅਖੀਰ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਅਕਸਰ ਆਪਾਂ ਜੇ ਦੇਖੀਏ ਸਟੱਡੀ ਵੀਜ਼ਾ ਨੂੰ ਲੈ ਕੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਕਿ ਆਫਟਰ +2 ਜਾਣਾ ਤਾਂ ਬਹੁਤ ਚੀਜ਼ਾਂ ਸੁਣੀਆਂ ਜਾਂਦੀਆਂ ਪਰ ਜਦੋਂ ਸਕੂਲਿੰਗ ਵੀਜ਼ਾ ਦੀ ਗੱਲ ਆਉਂਦੀ ਹੈ ਇਸ ਨਾਮ ਤੇ ਕਿਉਂਕਿ ਜ਼ਿਆਦਾ ਅਵੇਅਰਨੈਸ ਨਹੀਂ ਹੁੰਦੀ ਠੱਗੀਆਂ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਫਿਰ ਕਈ ਕਹਿੰਦੇ ਨੇ ਜੀ ਐਵੇਂ ਤਾਂ ਹੋ ਹੀ ਨਹੀਂ ਸਕਦਾ ਸਕੂਲਿੰਗ ਵੀਜ਼ਾ ਤਾਂ ਲੱਗਦਾ ਹੀ ਨਹੀਂ ਹੈ ਅਜਿਹੇ ਚੀਜ਼ਾਂ ਨੂੰ ਵੇਖਦੇ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਸਪੈਸ਼ਲੀ ਅਗਰ ਆਪਾਂ ਕਹੀਏ ਕਿ ਬਚ ਕੇ ਰਹਿਣ ਸਾਰੇ ਜੀ ਅਸ ਉਹ ਨਾ ਇੰਟਰਨੈਟ ਤੇ ਜਾ ਕੇ ਚੈੱਕ ਕਰ ਸਕਦੇ ਵਿਕਟੋਰੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਜੀ ਵੀ ਆਰ ਦਾ ਅਥੋਰਾਈਜ਼ਡ ਕੰਸਲਟੈਂਟ ਫਾਰ ਦੈਟ ਰਾਈਟ ਜੀ ਐਂਡ ਬੱਚੇ ਨੇ ਜਿਹੜੀ ਫੀਸ ਪੇ ਕਰਨੀ ਉਹ ਡਾਇਰੈਕਟ ਸਕੂਲ ਨੂੰ ਪੇ ਕਰਨੀ ਹੈ ਸਾਨੂੰ ਨਹੀਂ ਪੇ ਕਰਨੀ ਜੀ ਅਤੇ ਜਿਹੜਾ ਵੀਜ਼ਾ ਲੱਗਦਾ ਹੋਇਆ ਕਿਉਂਕਿ ਮੈਂ ਤੁਹਾਨੂੰ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਮਨਾ ਕਰਤਾ ਅਸੀਂ ਬੜੇ ਛੋਟੇ ਬੱਚੇ ਬਿਲਕੁਲ ਜਿਹੜੇ ਬੱਚੇ ਦਾ ਕੰਮ ਹੋਣ ਵਾਲਾ ਹੈ ਉਹੀ ਅਸੀਂ ਲੈਂਦੇ ਹਾਂ ਬਿਕੋਜ਼ ਅਸੀਂ ਆਪਣਾ ਟਾਈਮ ਅਤੇ ਉਹਨਾਂ ਦਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ ਸਾਡਾ ਕੰਪਨੀ ਦਾ ਇੱਕੋ ਰੂਲ ਹੈ ਕਿਉਂਕਿ ਸਾਡੇ ਕੋਲ ਬਿਲਕੁਲ ਟਾਈਮ ਨਹੀਂ ਹੈ ਜਦ ਇੰਨੇ ਸਾਲ ਹੋ ਗਏ ਸਾਨੂੰ ਕੰਮ ਕਰਦੇ ਸਾਡੇ ਕੋਲ ਹਰ ਤਰ੍ਹਾਂ ਦਾ ਕਲਾਇੰਟ ਹੈ ਜੀ ਚਾਹੇ ਟੂਰਿਸਟ ਵੀਜ਼ਾ ਹੋਏ ਚਾਹੇ ਸਟੂਡੈਂਟ ਵੀਜ਼ਾ ਹੋਏ ਠੀਕ ਹੈ ਚਾਹੇ PR ਹੋਏ ਹਰ ਤਰ੍ਹਾਂ ਦਾ ਕਲਾਇੰਟ ਹੈ ਸਾਡੇ ਕੋਲ ਟਾਈਮ ਦੀ ਬਹੁਤ ਸ਼ੋਰਟੇਜ ਹੈ ਅਸੀਂ ਆਪਣਾ ਟਾਈਮ ਬਿਲਕੁਲ ਵੇਸਟ ਨਹੀਂ ਕਰ ਸਕਦੇ ਔਰ ਇਹੀ ਕਾਲ ਕਰਨ ਵਾਲਿਆਂ ਨੂੰ ਵੀ ਮੈਂ ਮਤਲਬ ਇੱਕ ਮੈਸੇਜ ਦਊਂਗੀ ਕਿ ਪਲੀਜ਼ ਤੁਸੀਂ ਸਾਡੇ ਟਾਈਮ ਦਾ ਧਿਆਨ ਰੱਖਣਾ ਜਿਹੜੀ ਗੱਲਾਂ ਮੈਂ ਪ੍ਰੋਗਰਾਮ ਦੇ ਵਿੱਚ ਕਹੀਆਂ ਜਾਂ ਉਹਨਾਂ ਦੇ ਵਿੱਚ ਤੁਹਾਡਾ ਆਉਂਦਾ ਤਾਂ ਤੁਸੀਂ ਕਾਲ ਕਰੋ 10 ਵਾਰੀ ਕਾਲ ਕਰੋ 24/7 ਕਾਲ ਕਰੋ ਬਟ ਜੇ ਤੁਹਾਡਾ ਖਾਲੀ ਆਪਣਾ ਟਾਈਮ ਵੇਸਟ ਵਾਸਤੇ ਆਪਾਂ ਇੱਕ ਦੂਜੇ ਦਾ ਕਾਲ ਨਾ ਕਰੀਏ ਕਿਉਂਕਿ ਜੇ ਫਾਈਨੈਂਸ਼ਲੀ ਆਪਾਂ ਬਹੁਤ ਵੀਕ ਹਾਂ ਬਿਲਕੁਲ ਫਿਰ ਆਪਣਾ ਕੇਸ ਨਹੀਂ ਬਣਦਾ ਦੈਨ ਇਟਸ ਅ ਵੇਸਟੇਜ ਤੁਹਾਡੇ ਵੀ ਟਾਈਮ ਦਾ ਵੇਸਟ ਹੈ ਮੇਰਾ ਵੀ ਜੀ ਜਾਂ ਬੱਚਾ ਬਹੁਤ ਛੋਟਾ ਨਰਸਰੀ 'ਚ ਪੜ੍ਹ ਰਿਹਾ ਕੇਸ ਦੇ 'ਚ ਪੜ੍ਹ ਰਿਹਾ ਫਸਟ ਸੈਕਿੰਡ 'ਚ ਪੜ੍ਹ ਰਿਹਾ ਅਤੇ ਉਹ ਵੀ ਬਹੁਤ ਛੋਟੇ ਬੱਚੇ ਆ ਉਹਨਾਂ ਦੇ ਵਾਸਤੇ ਆਪਾਂ ਇਨਕੁਆਇਰੀ ਨਾ ਕਰੀਏ ਉਹਨਾਂ ਨੂੰ ਥੋੜ੍ਹਾ ਬੜਾ ਉਹ ਲੈ ਦਈਏ ਫਿਰ ਬੱਚੇ ਦਾ ਜਾਣ ਦਾ ਟਾਈਮ ਆਏਗਾ ਅਸੀਂ ਆਪ ਲਵਾਂਗੇ ਤੁਹਾਡੇ ਜੀ ਜੀ ਬਿਲਕੁਲ ਸੋ ਪੂਰੀ ਤਰ੍ਹਾਂ ਮਨ ਬਣਾ ਕੇ ਜੋ ਹੈ ਤੁਸੀਂ ਆਓ ਅਤੇ ਮੈਮ ਤੋਂ ਸਲਾਹ ਲੈ ਕੇ ਇਹਨਾਂ ਦੀ ਮਾਹਿਰ ਟੀਮ ਦੇ ਸਲਾਹ ਦੇ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ ਕੋਈ ਡਾਊਟ ਹੈ ਇਸ ਨੰਬਰ ਤੇ ਕਾਲ ਕਰੋ ਕਮੈਂਟ ਸੈਕਸ਼ਨ ਵਿੱਚ ਵੀ ਆਪਣੇ ਸਵਾਲ ਤੁਸੀਂ ਸਾਡੇ ਨਾਲ ਸ਼ੇਅਰ ਜ਼ਰੂਰ ਕਰ ਸਕਦੇ ਹੋ ਅਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਅੱਜ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਬਾਰੇ ਡਿਟੇਲ ਦੇ ਵਿੱਚ ਪੂਰੀ ਇਨਫੋਰਮੇਸ਼ਨ ਜੋ ਹੈ ਅੱਜ ਸਾਂਝੀ ਕੀਤੀ ਹੈ ਅਤੇ ਅਸੀਂ ਅੱਗੋਂ ਵੀ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ